ਲਓ ਜਨਾਬ, ਮਾਸ਼ਾਅੱਲਾ ਸ਼ੌਕੀਨ ਦੋਸਤਾਂ ਵਾਸਤੇ ਅਨਮੋਲ ਤੋਹਫਾ ਆ ਗਏ ਨੇ। ਬ੍ਰੀਡਰ ਕੁਆਲਿਟੀ ਦਾ ਮਾਸ਼ਾਅੱਲਾ ਬੱਕਰਾ ਹੀ ਨੇ ਔਰ ਬਿਲਕੁਲ ਢਿੱਲੀ ਚਮੜੀ ਦੇ ਵਿੱਚ ਨੇ। ਡਬਲ ਹੱਡੀ ਮਾਸ਼ਾਅੱਲਾ ਪਠੋਰਾ ਨੇ ਔਰ ਜਾਲਰ ਚੈੱਕ ਕਰੋ ਜਿਵੇਂ ਵੱਛਾਂ ਦੀ ਹੁੰਦੀ ਹੈ ਵੀਰਾ, ਅਤੇ ਬਿਲਕੁਲ ਰੇਸ਼ਮ ਵਾਲੀ ਕਰਪਸ਼ਾਂ ਵੀ ਸੂਤ ਲਾ ਵੀਰਾ, ਆਂਡੀ ਪਠੋਰਾ ਨੇ ਅਤੇ ਖੀਰਾ ਪਠੋਰਾ ਨੇ ਤਾਂ ਲਾ ਵੀਰਾ ਹੁਸਨ ਔਰ ਮਾਸ਼ਾਅੱਲਾ ਖੂਬਸੂਰਤੀ ਦੀ ਮਾਸ਼ਾਅੱਲਾ ਖੀਰ ਹੋ ਗਈ ਨੇ। ਜਿਤਨੀਆਂ ਮੈਂ ਤਰੀਫਾ ਕਰਨਾ ਫਾਇਦਾ ਕੋਈ ਨਹੀਂ, ਚੀਜ਼ ਤੁਹਾਡੀ ਅੱਖਾਂ ਦੇ ਸਾਹਮਣੇ ਮਾਸ਼ਾਅੱਲਾ। ਔਰ ਮਾਸ਼ਾਅੱਲਾ ਕੰਨਾਂ ਦੇ ਲਾਪਰ ਚੈੱਕ ਕਰੋ, ਚੰਗੇ ਲੰਬੇ ਕੰਨ ਔਰ ਮਾਸ਼ਾਅੱਲਾ ਤੋਤਾ ਫੇਸ ਔਰ ਇਹਨੂੰ ਆਉਂਦੇ ਹੁਸਨ। ਡਬਲ ਹੱਡੀਆਂ ਚਿਨੇ ਮੋਟੇ ਹੱਡ ਪੈਰਾਂ 'ਚ ਮਾਸ਼ਾਅੱਲਾ ਵੇਲ ਜ਼ਬਰਦਸਤ ਔਰ ਦੋਮ ਬਿਲਕੁਲ ਤੀਰਵੀ ਕਰ ਸਿੱਧੀ। ਔਰ ਵੀਰਾ ਇਹ ਪਠੋਰਾ ਅਗਰ ਮੰਡੀਏ ਚਲਾ ਜਾਏ ਜਾਂ ਕਿਸੇ ਫਾਰਮਰ ਕੋਲ ਚਲਾ ਜਾਏ ਤਾਂ ਘੱਟੋ ਘੱਟ ਤੈਨੂੰ 1.5-2 ਲੱਖ ਰੁਪਏ ਤੋਂ ਥੱਲੇ ਗੱਲ ਨਾ ਸੁਣ ਸੀ। ਲੇਕਿਨ ਵੀਰਾ ਆਪਣਾ ਰੇਟ ਨਹੀਂ ਆਉਣਾ, ਬਿਲਕੁਲ ਜਾਇਜ਼ ਔਰ ਮਕੂਲ ਆਉਣਾ ਹੈ। ਅਤੇ ਇਸ ਤੋਂ ਬਾਅਦ ਤੁਹਾਨੂੰ ਇੰਚੀ ਟੇਪ ਵੀ ਲਾ ਕੇ ਵਿਖਾਵਾਂਗੇ ਕਿ ਤੁਹਾਨੂੰ ਅੱਛੀ ਤਰ੍ਹਾਂ ਇਨਫੋਰਮੇਸ਼ਨ ਔਰ ਡਿਟੇਲ ਹੋਵੇ ਵੀਰਾ। ਔਰ ਬੰਦੇ ਨੂੰ ਨਾਲ ਖੜ੍ਹਾ ਕਰਨ ਦਾ ਮਕਸਦ ਇਹ ਹੁੰਦਾ ਕਿ ਤੁਹਾਨੂੰ ਹਾਈਟ ਕਰਦਾ ਪਤਾ ਲੱਗੇ, ਠੀਕ ਹੈ ਵੀਰਾ। ਅਤੇ ਇਸ ਤੋਂ ਬਾਅਦ ਹੁਸਨ ਔਰ ਖੂਬਸੂਰਤੀ ਨਹੀਂ ਆਉਂਦੀ, ਜਿਤਨੀਆਂ ਮੈਂ ਤਰੀਫਾ ਕਰਾਂ ਨਾ ਕਿਸੇ ਗੱਲ ਦਾ ਫਾਇਦਾ ਕੋਈ ਨਹੀਂ। ਅਤੇ ਲਓ ਵੀਰਾ ਚੌੜੀ ਛਾਤੀ, ਅਤੇ ਲਓ ਵੀਰਾ ਮਾਸ਼ਾਅੱਲਾ ਗੋਸ਼ਤ ਦਾ ਬੜਾ ਮਾਸ਼ਾਅੱਲਾ ਪਟੋਰਾ ਹੀ ਨੇ, ਇਹਨੂੰ ਆਉਂਦੇ ਨੇ ਹੁਸਨ। ਅਤੇ ਲਓ ਵੀਰਾ ਥੱਲਾ ਵੇਖੋ, ਚਾਹ ਰੱਖ ਕੇ ਪੀ ਲਓ, ਮਾਸ਼ਾਅੱਲਾ ਐਡੀ ਮੋਟੀ ਕੰਡ ਹੈ। ਅਤੇ ਲਓ ਵੀਰਾ ਇੰਚੀ ਟੇਪ ਵੀ ਮਾਰ ਕੇ ਵਿਖਾ ਰਹੇ ਕਿ ਤੁਹਾਨੂੰ ਅੱਛੀ ਤਰ੍ਹਾਂ ਇਨਫੋਰਮੇਸ਼ਨ ਔਰ ਡਿਟੇਲ ਹੋਵੇ ਵੀਰਾ। ਲਓ ਵੀਰਾ ਡਿਟੇਲ ਨਾਲ ਚੈੱਕ ਕਰੋ, 35 ਇੰਚ ਗਰੰਟੇਡ ਜਿਹੜੀ ਹਾਈਟ ਨੇ ਵੀਰਾ 35 ਇੰਚ। ਬਾਕੀ ਜਨਾਬ ਜਿਸ ਵੀਰਾ ਨੂੰ ਚਾਹੀਦਾ ਜਨਾਬ ਜਲਦੀ ਰਾਬਤਾ ਕਰਕੇ ਮੁਨਾਸਿਬ ਕੀਮਤ 'ਤੇ ਲੈ ਸਕਦੇ ਨੇ।